2400 ਵੋਟਾਂ ਦੇ ਵਿੱਚੋਂ 700 ਵੋਟਾਂ ਹੀ ਜਿਹੜੀਆਂ ਨੇ ਕੱਟ ਦਿੱਤੀਆਂ ਗਈਆਂ ਨੇ, ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜਿਹੜਾ ਸੜਕ 'ਤੇ ਧਰਨਾ ਲਗਾ ਦਿੱਤਾ ਹੈ। ਤਸਵੀਰਾਂ ਨੇ ਜਿੱਥੇ ਧਰਨਾ ਜਿਹੜਾ ਸੜਕ 'ਤੇ ਲਗਾ ਦਿੱਤਾ ਗਿਆ ਔਰ ਦੋਵਾਂ ਪਾਸਿਓਂ ਜਿਹੜੀ ਆਵਾਜਾਈ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ। ਇਹਨਾਂ ਦਾ ਕਹਿਣਾ ਕਿ 750 ਦੇ ਕਰੀਬ ਜਿਹੜੀਆਂ ਨੇ ਵੋਟਾਂ ਕੱਟ ਦਿੱਤੀਆਂ ਗਈਆਂ ਨੇ। ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ, ਕੀ ਸਾਰਾ ਮਾਮਲਾ ਹੋਇਆ, ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਾ ਕਿ ਵੋਟਾਂ ਕੱਟੀਆਂ ਗਈਆਂ? ਦੇਖੋ ਜੀ, ਅਸੀਂ ਪਹਿਲਾਂ ਸਾਨੂੰ ਕੋਈ ਪਤਾ ਨਹੀਂ, ਜਦੋਂ ਅਸੀਂ ਲਿਸਟਾਂ ਲਈਆਂ ਵਾਂ ਉਸ ਵਿੱਚ ਸਾਡੀਆਂ 750 ਵੋਟ ਜਿਹੜੀ ਆ ਉਹ ਗਾਇਬ ਆਈ ਆ। ਇਸ ਕਰਕੇ ਅਸੀਂ ਪਤਾ ਕੀਤਾ, ਪ੍ਰਸ਼ਾਸਨ ਦੇ ਕੋਲ ਵੀ ਗਏ, ADC ਸਾਹਿਬ ਵਿਕਾਸ ਕੋਲ ਅਸੀਂ ਪਹੁੰਚੇ, ਉਹਨਾਂ ਨੂੰ ਕਿਹਾ ਕਿ ਸਾਡੀਆਂ ਇੰਨੀਆਂ ਵੋਟਾਂ ਕੱਟੀਆਂ ਗਈਆਂ। ਉਹ ਕਹਿਣ ਲੱਗੇ ਕਿ ਸਾਨੂੰ ਲਿਸਟਾਂ ਬਣਾ ਕੇ ਦਿਓ ਜਿਹੜੇ ਅਸੀਂ ਤੁਹਾਡੀਆਂ ਬਣਵਾ ਦਈਏ। ਪਰ ਉਹ BDO ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਕੋਲ ਪੇਪਰ ਲੈ ਲਓ। ਅਸੀਂ 2 ਦਿਨ ਉਹ BDO ਹੀ ਲੱਭਦੇ ਥੱਕ ਗਏ ਹਾਂ ਕਿ BDO ਸਾਹਿਬ ਹੀ ਨਹੀਂ ਸਾਨੂੰ ਦਫ਼ਤਰ 'ਚ ਲੱਭਦੇ, ਪਤਾ ਨਹੀਂ ਕਿੱਧਰ ਗਾਇਬ ਹੋ ਗਏ ਆ। ਇਸ ਕਰਕੇ ਸਾਨੂੰ ਵੋਟਾਂ ਬਣਾਉਣ ਦੀ ਆਸ ਨਹੀਂ ਇਹ ਪ੍ਰਸ਼ਾਸਨ ਕੋਲੋਂ, ਇਸ ਕਰਕੇ ਅਸੀਂ ਧਰਨਾ ਲਾ ਦਿੱਤਾ ਵਾ। ਧਰਨਾ ਜਿਹੜਾ ਵਾ ਉਹ ਸਾਡਾ ਲਗਾਤਾਰ ਲਾਗੂ ਚਾਲੂ ਰਹੂਗਾ ਔਰ ਵੋਟਾਂ ਵਾਲੇ ਦਿਨ ਵੀ ਅਸੀਂ ਵੋਟਾਂ ਨਹੀਂ ਪੈਣ ਦੇਵਾਂਗੇ ਪਿੰਡ ਦੇ ਵਿੱਚ, ਕਿਉਂਕਿ 750 ਵੋਟਰ ਜਿਹੜਾ ਵਾ ਉਹ ਵਿੱਚੋਂ ਗਾਇਬ ਆ, ਅਸੀਂ ਕਿਉਂ ਪੈਣ ਦੇਵਾਂਗੇ ਵੋਟਾਂ? ਆ ਬਿਲਕੁਲ, 2400 ਦੇ ਵਿੱਚੋਂ 750 ਵੋਟ ਜਿਹੜੀ ਆ ਗੈਪ ਹੈ। ਔਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ, ਲਿਸਟਾਂ ਜਿਹੜੀਆਂ ਨੇ ਇਹਨਾਂ ਦੇ ਕੋਲ ਮੌਜੂਦ ਨੇ ਜਿਹਦੀ ਵੋਟ ਕਟਿੰਗ ਕੀਤੀ ਗਈ। ਕੱਲ੍ਹ ਤੁਸੀਂ SDM ਦਫ਼ਤਰ ਵੀ ਗਏ, ਕੀ ਉੱਥੇ ਸੁਭਾਸ਼ਣ ਤੁਹਾਨੂੰ ਦਿੱਤਾ ਉਹਨਾਂ ਨੇ ਔਰ ਕੀ ਗੱਲਬਾਤ ਹੋਈ ਤੁਹਾਡੀ? ਹਾਂਜੀ, ਅਸੀਂ ਬਹੁਤ ਵਾਰ ਬੰਦੇ ਸਦਾਚਰ ਸਿੰਘ ਸਰਪੰਚ ਸਾਹਿਬ ਹੋਰ ਵੀ ਤੁਹਾਡੀ ਸੱਜਣ ਪਿੰਡ ਵਾਰਡ ਦੇ ਬਹੁਤ ਵਾਰ ਆਦਮੀ ਗਏ, ਅਸੀਂ ਇਹਨਾਂ ਦੀ ਦਰਖਾਸਤ ਦਿੱਤੀ ਜਾ ਕੇ SDM ਸਾਹਿਬ ਦੇ, ਉਹਨਾਂ ਨੇ ਸਾਨੂੰ ਕੋਈ ਪ੍ਰਸ਼ਾਸਨ ਨੇ ਨਹੀਂ ਦਿੱਤਾ ਵੀ ਸਰਾ। ਉਹ ਕਹਿੰਦੇ ਵੀ ਹੁਣ ਜਿਹੜਾ ਤੁਹਾਡਾ ਮਸਲਾ ਵਾ ਉਹ ਲੰਘ ਚੁੱਕਾ ਵਾ, ਹੁਣ ਨਹੀਂ ਤੁਹਾਡਾ ਕੋਈ ਕੰਮ ਬਣਨਾ, ਤਾਂ ਤੁਸੀਂ ਜਾਓ। ਅਸੀਂ ਨਮੋਸ਼ੀ ਦੇ ਮਾਰੇ ਬਾਹਰ ਆ ਗਏ ਹਾਂ ਅਤੇ ਫਿਰ ਆਣ ਕੇ ਅਸੀਂ ਆਪਣੇ ਪਿੰਡ ਵਾਸੀਆਂ ਦੇ ਨਾਲ ਸਾਰੀ ਸੰਗਤ ਦੇ ਨਾਲ ਜਿਹੜੀ ਆ ਗੱਲਬਾਤ ਕੀਤੀ ਆ, ਉਹਦੇ ਰੋਸ ਵੱਲੋਂ ਜਿਹੜਾ ਧਰਨਾ ਵਾ ਪਿੰਡ ਬਾਠ ਦੇ ਚੌਂਕ ਦੇ ਵਿੱਚ ਲਾਇਆ ਗਿਆ ਵਾ। ਕਿੰਨੀ ਦੇਰ ਧਰਨਾ ਜਿਹੜਾ ਜਾਰੀ ਰਹੂਗਾ ਔਰ ਕੀ ਇਹ ਸਾਰੇ ਜਿਵੇਂ ਤੁਸੀਂ ਕਹਿੰਦੇ ਸਰਬਸੰਮਤੀ ਨਾਲ ਬੰਦਾ ਜਿਹੜਾ ਇਨਸਾਫ਼ ਨਹੀਂ ਮਿਲਦਾ ਜੀ, ਧਰਨਾ ਜਾਰੀ ਰਹੂਗਾ ਜੀ? ਇਹ ਸਰਕਾਰ ਦੀ ਤਾਂ ਲੈ ਗਈ ਆ ਜੀ, ਇਹਨਾਂ ਨੂੰ ਪਤਾ ਸਾਡਾ ਕੋਈ ਸਰਪੰਚ ਨਹੀਂ ਬਣਦਾ, ਕਈਆਂ ਪਿੰਡਾਂ 'ਚ ਸਰ ਆਪਣੇ ਖਲੋਤੇ ਜੀ ਆਪਣੀ ਦੋਵਾਂ ਪਾਰਟੀਆਂ ਦੇ, ਅਤੇ ਸਰਕਾਰ ਦੀ ਬਹੁਤ ਵੱਡੀ ਨਲੈ ਗਈ ਹੈ ਜੀ। ਭਗਵੰਤ ਮਾਨ ਜੀ ਲਾਓ, ਜਿਹੜੇ ਮੰਤਰੀ MLA ਆ ਇਹਨਾਂ ਦਾ ਬੇੜਾ ਗਰਕ ਹੋਇਆ ਪਿਆ ਜੀ। ਇਹਨਾਂ ਨੂੰ ਪਾਰਲੀਮੈਂਟ ਦੇ ਬੋਰਡ 'ਚ ਕੋਈ ਵੋਟ ਨਹੀਂ ਪਾਈ ਕਿਸੇ ਨੇ, ਸਾਡੇ ਪਿੰਡ ਨੂੰ 70 ਵੋਟਾਂ ਪਈਆਂ ਜੀ, ਅੱਗੇ ਜਿੱਤੇ ਸਾਡੇ ਪਿੰਡ ਨੂੰ। ਇਹ ਆਮ ਆਦਮੀ ਸਰਕਾਰ ਦਾ ਬੇੜਾ ਗਰਕ ਹੋਇਆ ਜੀ, ਇਹ ਕੰਮ ਹੋਇਆ। ਬਿਲਕੁਲ, 750 ਜਿਵੇਂ ਵੋਟ ਕੱਢ ਦਿੱਤੀ ਜਾਂਦੀ, 18 ਸਾਲ ਦੇ ਨਿਆਣੇ ਵੋਟ ਪਾਉਣ ਹੁੰਦੇ ਬੜੇ ਚਾਹਵਾਨ ਹੁੰਦੇ ਨੇ, 2400 ਵੋਟਾਂ 'ਚੋਂ 750 ਕੱਢੇ, ਕਈਆਂ ਨੇ ਪਹਿਲੀ ਵਾਰ ਪਾਉਣੀ ਸੀ, ਕੀ ਪ੍ਰਭਾਵ ਜਾਊਗਾ ਫਿਰ ਜੀ? ਬਹੁਤ ਮਾੜਾ ਪ੍ਰਭਾਵ ਜਾਊਗਾ ਜੀ, ਸਰਕਾਰ 'ਤੇ ਜ਼ਿਆਦਾ ਮਾੜਾ ਪ੍ਰਭਾਵ ਜਾਊਗਾ, ਕਿਉਂਕਿ ਸਰਕਾਰ ਜਿਹੜੀ ਨਾ ਅੱਗੇ ਸਰਕਾਰਾਂ ਹੁੰਦੀਆਂ ਰਹੀਆਂ, ਪਰ ਇਹ ਤਾਂ ਮੁਗਲਾਂ ਤੋਂ ਵੀ ਗਾਂਹ ਲੰਘ ਗਈ ਸਰਕਾਰ ਜਿਹੜੀ ਆ, ਜਾਂ ਔਰੰਗਜ਼ੇਬ ਵਰਗਾ ਫਰਮਾਨ ਇਹ ਕਰ ਰਹੀ ਆ। ਮੈਂ ਵੀ ਮੈਂ ਨਾ ਮੰਨੂ, ਤੁਸੀਂ ਮੰਨੋ ਪਰ ਮੈਂ ਨਹੀਂ ਮੰਨਣਾ। ਸਾਨੂੰ ਕਹਿੰਦਾ ਤੁਸੀਂ ਰੱਬ ਦਾ ਭਾਣਾ ਮੰਨੋ, ਪ੍ਰਸ਼ਾਸਨ ਅਧਿਕਾਰੀ ਕਹਿੰਦੇ ਆ, ਪਰ ਇਹ ਨਹੀਂ ਕਹਿੰਦੇ ਵੀ ਤੁਹਾਡੀ ਸੁਧਾਈ ਕਰਾਂਗੇ, ਤੁਹਾਨੂੰ ਵੋਟ ਜਿਹੜਾ ਵੋਟ ਦਾ ਅਧਿਕਾਰ ਦੇਵਾਂਗੇ, ਪਰ ਸਾਡਾ ਵੋਟ ਦਾ ਅਧਿਕਾਰ ਜਿਹੜਾ ਖੋਹਣਾ ਚਾਹੁੰਦੇ ਆ। ਪਰ ਜਿਹੜਾ ਲੋਕਾਂ ਨੇ ਬਦਲਾਅ ਲਿਆਂਦਾ ਸੀ ਨਾ, ਇਹ ਬਦਲਾਅ ਜਿਹੜਾ ਬਹੁਤ ਮਹਿੰਗਾ ਪਊ ਲੋਕਾਂ ਨੇ। ਬਿਲਕੁਲ, ਪਿੰਡ ਦੇ ਵਿੱਚ ਕਿਸ ਤਰੀਕੇ ਦਾ ਫਿਰ ਮਾਹੌਲ ਹੈ, ਜਿਵੇਂ 750 ਵੋਟ 2400 'ਚੋਂ ਕੱਟੀ ਗਈ ਆ, ਅਤੇ ਕੀ ਇਸ ਤਰੀਕੇ ਦਾ ਧਰਨਾ ਕੀ ਕਿੰਨੀ ਦੇਰ ਤੱਕ ਜਾਰੀ ਰਹੂਗਾ, ਕੋਈ ਅਲਟੀਮੇਟ? ਟਹਿਲਕਾ ਨਿਊਜ਼, ਜੇਕਰ ਸੱਚ ਲਿਖਣਾ ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਟਹਿਲਕਾ ਨਿਊਜ਼ ਬਾਗੀ ਹੈ। ਆਵਾਜ਼ ਸਰਕਾਰ ਤੱਕ ਪਹੁੰਚਾ ਲਈ ਟਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਟਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ।
ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਪਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।